ਆਪਣੇ ਹੀ ਪਿੰਡ ਫਾਫੜੇ ਭਾਈਕੇ ਪਿੰਡ ਹੈ, ਡਿਸਟ੍ਰਿਕਟ ਮਾਨਸਾ, ਪਿੰਡ ਫਾਫੜੇ ਭਾਈਕੇ ਦਾ। ਇੱਥੇ ਭਾਈ ਵੇਲੋ ਜੀ ਦਾ ਜੋੜ ਮੇਲਾ ਭਰਦਾ, ਅੱਸੂ ਦਾ ਹੁੰਦਾ ਇਹ ਅੱਸੂ ਦਾ, ਅਤੇ 25, 26, 27 ਤਰੀਕ ਦਾ ਮੇਲਾ ਚੱਲ ਰਿਹਾ ਜੀ। ਅੱਜ 25 ਤਰੀਕ ਦਾ ਸ਼ੁਰੂ ਹੋ ਰਿਹਾ, ਅਤੇ ਭਾਈ ਵੇਲੋ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਟਾਈਮ ਦੇ ਵਿੱਚ ਸਰੋਵਰ ਦੀ ਸੇਵਾ ਚੱਲ ਰਹੀ ਸੀ ਹਰਿਮੰਦਰ ਸਾਹਿਬ, ਉੱਥੇ ਇਹਨਾਂ ਨੇ 12 ਸਾਲ ਸੇਵਾ ਕਰੀ ਸੀ ਜੀ। ਗੁਰੂ ਸਾਹਿਬ ਨੇ ਇਹਨਾਂ ਨੂੰ ਸਰੋਵਰ ਦੇ ਇੱਕ ਪਾਸੇ ਦੀ ਇੱਟਾਂ ਦੀ ਸੇਵਾ ਦਿੱਤੀ ਸੀ ਭੱਠਾ ਬਣਾਉਣ ਵਾਸਤੇ, ਇੱਕ ਪਾਸੇ ਭਾਈ ਮੰਝ ਜੀ, ਭਾਈ ਗੁਰਦਾਸ ਜੀ ਅਤੇ ਭਾਈ ਸਾਲੋ ਜੀ ਨੂੰ। ਇਹਨਾਂ ਦੀ ਇੱਟਾਂ ਤੋਂ ਖੁਸ਼ ਹੋ ਕੇ ਮਹਾਰਾਜ ਨੇ ਫਿਰ ਭਾਈ ਵੇਲੋ ਜੀ ਨੂੰ ਬਖਸ਼ਿਸ਼ਾਂ ਕੀਤੀਆਂ ਸੀ। ਭਾਈ ਵੇਲੋ ਸਭ ਤੋਂ ਪਹਿਲੋਂ ਦਾ ਖਿਤਾਬ ਦਿੱਤਾ ਸੀ ਜੀ, ਅਤੇ ਮਾਲਵੇ ਦਾ ਪ੍ਰਚਾਰਕ ਥਾਪ ਕੇ ਇੱਥੇ ਗੁਰਮੁਖੀ ਵਾਸਤੇ, ਗੁਰਬਾਣੀ ਦੇ ਪ੍ਰਚਾਰ ਵਾਸਤੇ, ਸਿੱਖੀ ਦੇ ਪ੍ਰਚਾਰ ਵਾਸਤੇ ਭੇਜਿਆ ਸੀ। ਤਾਂ ਹੀ ਇਹ ਆਪਣੇ ਫਫੜੇ ਭਾਈ ਕੇ ਮੇਲਾ ਲੱਗਦਾ ਜੀ। ਮੇਲੇ 'ਚ ਜੀ ਦੀਵਾਨ ਹਾਲ ਦੇ ਵਿੱਚ ਢਾਡੀ ਜਥੇ ਹੁੰਦੇ ਨੇ, ਸਮਾਗਮ ਹੁੰਦੇ ਨੇ, ਅਤੇ ਮੇਲੇ 'ਚ ਮੈਡੀਕਲ ਕੈਂਪ ਹੁੰਦੇ ਨੇ, ਅਤੇ ਟੂਰਨਾਮੈਂਟਸ, ਕਬੱਡੀ ਟੂਰਨਾਮੈਂਟ, 3 ਰੋਜ਼ਾ ਕਬੱਡੀ ਟੂਰਨਾਮੈਂਟ ਅੱਜ ਸ਼ੁਰੂ ਹੋ ਚੁੱਕਿਆ, ਜਿਸ ਦੇ ਵਿੱਚ ਛੋਟੀਆਂ ਟੀਮਾਂ ਤੋਂ ਲੈ ਕੇ ਵੱਡੀਆਂ ਟੀਮਾਂ ਤੱਕ ਦੇ ਇਨਾਮ ਹੁੰਦੇ ਨੇ। ਅਤੇ ਬਾਕੀ ਜ਼ਿਲ੍ਹੇ ਦੇ ਬਹੁਤ ਸਾਰੇ ਮਤਲਬ ਕਿ ਦੁਕਾਨਾਂ ਵਾਲੇ ਲਾ ਲਓ, ਮੇਲੇ ਦੀ ਸ਼ਾਨ ਹੁੰਦੀ ਹੈ, ਜਲੇਬੀਆਂ, ਪਕੌੜੇ, ਚੰਡੋਲਾਂ, ਝੂਲੇ, ਇਹ ਸਾਰਾ ਕੁਛ ਮੇਲੇ ਦੀ ਰੌਣਕ ਹੁੰਦੀ ਹੈ ਜੀ। ਲੋਕ ਆ ਕੇ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਨੇ, ਅਤੇ ਭਾਈ ਵੇਲੋ ਜੀ ਦੇ ਦਰ 'ਤੇ ਚੌਂਕੀਆਂ ਭਰਦੇ ਨੇ, ਇੱਕ ਰਾਤ ਕੱਟ ਕੇ ਜਾਂਦੇ ਨੇ ਜਿਨ੍ਹਾਂ ਦੀ ਸੁੱਖ ਪੂਰੀ ਹੁੰਦੀ ਹੈ। ਦੋ ਦਿਨ ਪਏ ਜੀ, ਸੰਗਤ ਨੂੰ ਕੀ ਅਪੀਲ ਕਰੋ? ਸੰਗਤ ਨੂੰ ਕਹਿਣਾ ਜੀ, ਵੱਧ ਚੜ੍ਹ ਕੇ ਆਓ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਬਾਬਾ ਜੀ ਦੇ ਦਰਸ਼ਨ ਕਰੋ। ਅੱਜ ਨਗਰ ਕੀਰਤਨ ਸ਼ੁਰੂ ਹੋ ਜਾਣਾ ਜੀ 2 ਵਜੇ, ਸਾਰੇ ਪਿੰਡ ਦੇ ਵਿੱਚ ਪੜਾਅ ਦਰ ਪੜਾਅ ਨਗਰ ਕੀਰਤਨ ਰੁਕਣਾ, ਅੱਡ ਅੱਡ ਪੱਤੀਆਂ ਵੱਲੋਂ, ਪਿੰਡ ਦੇ ਵਿਹੜਿਆਂ ਵੱਲੋਂ, ਅਲੱਗ ਅਲੱਗ ਥਾਂ 'ਤੇ ਖੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ, ਗੁਰੂ ਸਾਹਿਬ ਨੂੰ ਨਮਸਕਾਰ ਕੀਤਾ ਜਾਵੇਗਾ। ਅਤੇ ਭਾਈ ਵੇਲੋ ਜੀ ਦੀ ਜੋ ਸੇਵਾ ਦੀ ਭਾਵਨਾ, 12 ਸਾਲ ਸੇਵਾ ਕਰੀ, ਉਹ ਅੱਜ ਪਿੰਡ ਦੇ ਵਿੱਚ ਫਫੜੇ ਭਾਈ ਕਿਤੇ ਪਿੰਡ ਦੇ ਹਰੇਕ ਬੰਦੇ ਵੱਲੋਂ ਨਿਭਾਈ ਜਾਵੇਗੀ, ਵੀ ਮੈਂ ਵੀ ਸੇਵਾ ਕਰਾਂ, ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਪਿੰਡ ਦੇ ਵਿੱਚ ਸੇਵਾ ਕਰਨਗੇ। ਕੋਈ ਝਾੜੂ ਦੀ ਸੇਵਾ ਕਰੂਗਾ, ਕੋਈ ਲੰਗਰ ਦੀ ਸੇਵਾ ਕਰੂਗਾ, ਇਸ ਤਰ੍ਹਾਂ ਅੱਜ ਇਹ ਸ਼ੁਰੂ ਹੋ ਗਏ ਜੀ ਸਮਾਗਮ।